ਜਿਹੜਾ ਕੱਲ ਰਾਤ ਘਟਨਾ ਵਾਪਰੀ ਹੈ ਹਾਂਜੀ ਸਰ ਉਹਦੇ ਬਾਰੇ ਥੋੜਾ ਦੱਸੋ ਵੀ ਕੀ ਹੈ ਉਹ ਕੱਲ ਸਾਨੂੰ ਲਗਭਗ 12 ਤੋਂ 1 ਵਜੇ ਦੇ ਦਰਮਿਆਨ ਇਨਫੋਰਮੇਸ਼ਨ ਮਿਲੀ ਸੀ ਵੀ ਸਿਟੀ ਯੂਨੀਵਰਸਿਟੀ ਦੇ ਆਸ ਪਾਸ ਇੱਕ ਟਰੱਕ ਦੇ ਵਿੱਚ ਡੈੱਡ ਬੋਡੀ ਪਈ ਆ ਜੋ ਅਜੇ ਤਨੇਜਾ ਜੀ ਆ ਹਿੰਦ ਦਾ ਐਰਨ ਸਕ੍ਰੈਪ ਉਹਨਾਂ ਦੀ ਕੰਪਨੀ ਆ ਮੋਗਿਆ ਉਹਨਾਂ ਦੇ ਮਾਲਕ ਆ ਉਹਨਾਂ ਦੇ ਨਾਲ ਜਾ ਕੇ ਅਸੀਂ ਦੇਖਿਆ ਇੱਕ ਟਰੱਕ ਜਿਹੜਾ ਸੀਗਾ ਪੀ ਬੀ 29H5548 ਛੇ ਟਾਇਰਾ ਟਰੱਕ ਸੀ ਉਹਦੇ ਵਿੱਚ ਉਹਦਾ ਜਿਹੜਾ ਡਰਾਈਵਰ ਆ ਇੰਦਰਜੀਤ ਸਿੰਘ ਪ੍ਰੇਮੀ ਮੋਗੇ ਦਾ ਰਹਿਣ ਵਾਲਾ ਸੀਗਾ ਉਹਦੀ ਉਮਰ 35 ਤੋਂ 40 ਸਾਲ ਦੇ ਕਰੀਬ ਸੀ ਉਹਦੀ ਡੈੱਡ ਬੋਡੀ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਉਹ ਬਿੰਨੀ ਸੀ ਹਥਿਆਰਾਂ ਦੇ ਨਾਲ ਖੂਨ ਨਾਲ ਲੱਥਪੱਥ ਪਈ ਸੀ ਉਹਦੇ ਸੰਬੰਧ ਵਿੱਚ ਅਸੀਂ ਮੌਕੇ 'ਤੇ ਜਿਹੜੀ ਵੀ ਬਣਦੀ ਸੀ ਕਾਰਵਾਈ ਉਹ ਕਰਕੇ ਉੱਥੋਂ ਚੁੱਕ ਕੇ ਫੋਰੈਂਸਿਕ ਟੀਮ ਬੁਲਾ ਕੇ ਫੋਟੋਗ੍ਰਾਫੀ ਕਰਕੇ ਅਫਸਰਾਂ ਸਾਹਿਬਾਂ ਸਾਰਿਆਂ ਨੂੰ ਦੱਸ ਕੇ ਉਹਨਾਂ ਦੀ ਡੈੱਡ ਬੋਡੀ ਸਿਵਲ ਹੋਸਪਿਟਲ ਮੋਰਚਰੀ 'ਚ ਰਖਾਤੀ ਸੀ ਜੋ ਉਹਦੇ ਲੜਕਾ ਪ੍ਰਦੀਪ ਸਿੰਘ ਵਾਸੀ ਮੋਗਾ ਉਹਦੇ ਬਿਆਨ 'ਤੇ ਪਰਚਾ ਦਰਜ ਹੋ ਗਿਆ ਐਫ਼ ਨੰਬਰ 17 ਹੈ 302-392 ਠੀਕ ਹੈ ਨਾ ਉਹਦੇ 'ਚ ਦੇਤੀ ਹੈ 34 ਥਾਣਾ ਸਦਰ ਜਗਰਾਓਂ ਪਰਚਾ ਦਰਜ ਹੋ ਗਿਆ ਜਿਹਦੀ ਤਫਤੀਸ਼ ਮੈਂ ਖੁਦ ਕਰਾਂਗਾ ਜੀ ਜਿਹੜਾ ਦੋਸ਼ੀ ਹੈ ਜੀ ਇੱਕ ਦੋਸ਼ੀ ਨਾਮਜ਼ਦ ਹੋਇਆ ਉਹਦੇ 'ਚ ਸਾਡੀ ਹਰਪਾਲ ਸਿੰਘ ਉਰਫ ਭੱਲਾ ਇਹਦੇ ਪਿਓ ਦਾ ਨਾਮ ਦਰਬਾਰਾ ਸਿੰਘ ਆ ਇਹ ਪਹਿਲਾਂ ਤਾਂ ਸੰਤ ਨਗਰ ਅੰਮ੍ਰਿਤਸਰ ਰੋਡ ਮੋਗਾ ਰਹਿੰਦਾ ਸੀਗਾ ਲੇਕਿਨ ਜਿਹਦਾ ਹੁਣ ਇਹਦਾ ਪਤਾ ਲੱਗਾ ਵੀ ਆਪਣੀ ਭੈਣ ਦੇ ਕੋਲ ਇਹ ਬਰਨਾਲਾ ਪਿੰਡ ਆ ਥਾਣਾ ਸਦਰ ਪੱਟੀ ਦੇ ਵਿੱਚ ਮਲਟੋਏ ਦੇ ਆਪਣੇ ਲਾਗੇ ਉੱਥੇ ਰਹਿ ਰਿਹਾ ਜਿਹੜਾ ਅਲੀ ਫਰਾਰ ਨਾਲੇ ਦੇ ਹੋਰ ਵੀ ਬੰਦੇ ਹੋ ਸਕਦੇ ਨੇ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਅਗਲੀ ਜਿਹੜੀ ਕਾਰਵਾਈ ਉਹਨਾਂ 'ਚ ਮਾਡਰਨ ਜਿਹੜਾ ਹੋਇਆ ਉਹਦੇ ਟਰੱਕ ਦੇ ਵਿੱਚ UPS ਲੱਗਾ ਸੀ ਉਹਦੇ ਮੁਤਾਬਕ 10 ਤੋਂ 10:30 ਦੇ ਕਰੀਬ ਸਾਨੂੰ ਤਾਂ ਜਦੋਂ ਟਰੱਕ ਵਾਲੇ ਮਾਲਕਾਂ ਨੇ ਆਪਣੇ ਡਰਾਈਵਰ ਨਾਲ ਸੰਪਰਕ ਕੀਤਾ ਅਤੇ ਉਹਦਾ ਫੋਨ ਬੰਦ ਆ ਰਿਹਾ ਸੀ ਉਹਨਾਂ GPS ਦੇ ਨਾਲ ਆਪਣੇ ਟਰੱਕ ਨੂੰ ਟਰੇਸ ਕੀਤਾ ਅਤੇ ਉਦੋਂ ਬਾਅਦ ਸਾਡੇ ਕੋਲ 12:15 ਦੇ ਕਰੀਬ ਕਰੀਬ ਚੌਂਕੀ ਮਾਲਕਾਂ ਦੇ ਦੱਸਣ ਮੁਤਾਬਕ ਵੀ ਸਕ੍ਰੈਪ ਦੇ ਕੁਝ ਪੈਸੇ ਜਿਹੜੇ ਆ ਉਹ ਮੰਡੀ ਗੋਬਿੰਦਗੜ੍ਹ ਤੋਂ ਲੈ ਕੇ ਆ ਰਿਹਾ ਸੀ ਡਰਾਈਵਰ ਜਿਹੜੇ ਟਰੱਕ ਦੇ ਵਿੱਚ ਨਹੀਂ ਹੈਗੇ ਨੇ ਉਹ ਆਪਣੀ ਡਿਟੇਲ ਦੇਣਗੇ ਜੀ ਉਹਦੇ ਨਾਲ ਮੁਤਾਬਕ ਹਾਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਵਿੱਚੋਂ ਖੋਹ ਕੀਤੀ ਗਈ ਕ੍ਰਾਈਮ ਦੇ ਬਾਰੇ ਵਧਣ ਦੇ ਬਾਰੇ ਪੁਲਿਸ ਵੱਲੋਂ ਤਾਂ ਆਪਣੀ ਬੜੀ ਤਨਦੇਹੀ ਦੇ ਨਾਲ ਡਿਊਟੀ ਕੀਤੀ ਜਾ ਰਹੀ ਆ ਦੇਖੋ ਮਾਨਯੋਗ SSP ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਸੋ DSP ਸਾਹਿਬ ਸ਼੍ਰੀ ਸਤਿੰਦਰਜੀਤ ਸਿੰਘ ਜੀ ਸਭ ਉਹ ਸਮੇਂ ਸਮੇਂ 'ਤੇ ਮੀਟਿੰਗਾਂ ਕਰਕੇ ਸਾਨੂੰ ਬਹੁਤ ਬਰੀਫ ਕਰਦੇ ਨੇ ਕੰਟਰੋਲ ਕਰਨ ਬਾਰੇ ਕ੍ਰਾਈਮ ਨੂੰ ਅਤੇ ਕੀਤਾ ਵੀ ਜਾ ਰਿਹਾ ਪਰਚੇ ਵੀ ਦਿੱਤੇ ਜਾ ਰਹੇ ਨੇ ਪਰ ਫਿਰ ਵੀ ਜਿਹੜੇ ਮਾੜੇ ਅਨਸਰ ਨੇ ਉਹ ਆਪਣਾ ਕੰਮ ਕਰਦੇ ਨੇ ਪੁਲਿਸ ਦਾ ਕੰਮ ਉਹਨਾਂ ਨੂੰ ਫੜ ਕੇ ਆਉਂਦਾ ਦੇਣਾ ਅਸੀਂ ਆਪਣਾ ਕੰਮ ਕਰ ਰਹੇ ਸਰ ਜਿਵੇਂ ਕਿਤੇ ਨਾ ਕਿਤੇ ਕ੍ਰਾਈਮਸ ਵੱਧਦੇ ਨੇ ਜਿਹੜਾ ਕ੍ਰਿਮੀਨਲ ਕ੍ਰਾਈਮ ਕਰਕੇ ਚਲਾ ਜਾਂਦਾ ਹੈ ਕਿਤੇ ਨਾ ਕਿਤੇ ਬੇਕ ਆਫ ਖੌਫ ਹੋਣ ਵਾਲੀ ਗੱਲ ਤਾਂ ਕੋਈ ਨਹੀਂ ਹੈਗੀ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਬੇਖੌਫ ਹੋ ਗਏ ਜਿਹੜੇ ਫੜੇ ਜਾਂਦੇ ਨੇ ਉਹ ਤਾਂ ਉਹ ਵੀ ਤਾਂ ਫੜੇ ਜਾਂਦੇ ਨੇ ਨਾ ਫੜੇ ਤਾਂ ਸਰ ਬਾਅਦ 'ਚ ਜਾਂਦੇ ਨਾ ਨਹੀਂ ਜਿਹੜੇ ਹੁਣ ਮੌਕੇ ਦੇ ਉੱਤੇ ਤਾਂ ਜਦੋਂ ਕ੍ਰਾਈਮ ਕਰਕੇ ਚਲੇ ਗਿਆ ਬੰਦਾ ਪੁਲਿਸ ਦੂਸਰੇ ਬੰਨੇ ਉਹ ਕ੍ਰਾਈਮ ਕਰਕੇ ਚਲੇ ਗਿਆ ਉਹਦੇ ਸਾਨੂੰ ਇਨਫੋਰਮੇਸ਼ਨ ਆਊਗੀ ਤਾਂ ਫਿਰ ਹੀ ਅਸੀਂ ਜਾਵਾਂਗੇ ਨਾ ਮੌਕੇ 'ਤੇ ਕੋਈ ਅਲਾਦੀਨ ਦਾ ਚਿਰਾਗ ਤਾਂ ਹੈ ਨਹੀਂ ਵੀ ਹੁਣ ਇੱਥੋਂ 4 ਕਿਲੋਮੀਟਰ ਦੂਰ ਕ੍ਰਾਈਮ ਹੋ ਰਿਹਾ ਅਤੇ ਮੈਨੂੰ ਇੱਥੇ ਪਤਾ ਲੱਗ ਜੂਗਾ ਮੈਨੂੰ ਤਾਂ ਇਨਫੋਰਮੇਸ਼ਨ ਮਿਲੂਗੀ ਮੈਨੂੰ 12:15 'ਤੇ ਇਨਫੋਰਮੇਸ਼ਨ ਮਿਲੀ ਆ 12:25 'ਤੇ ਮੈਂ ਮੌਕੇ 'ਤੇ ਸੀਗਾ ਠੀਕ ਹੈ ਨਾ ਅਤੇ ਮੇਰੀ ਜਿਹੜੀ ਬਣਦੀ ਕਾਰਵਾਈ ਮੈਂ ਮੌਕੇ 'ਤੇ ਜਾ ਕੇ ਬਖੂਬੀ ਕੀਤੀ ਆ ਅਤੇ ਆਰੋਪੀ ਸਰ ਪਤਾ ਲੱਗਿਆ ਵੀ ਉਹਨਾਂ ਨਾਲ ਡੋਪੀਆਂ ਵੀ ਸੀਗੀਆਂ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਇਹ ਪਤਾ ਲੱਗੀ ਹੈ ਨਹੀਂ ਬਿਲਕੁਲ ਬੇਬੁਨਿਆਦ ਗਲਤ ਖਬਰ ਹੈ ਕੋਈ ਮੇਰੀ ਇਹੋ ਜਿਹੀ ਨੌਲੇਜ ਨਹੀਂ ਹੈਗੀ ਜੀ ਠੀਕ ਸਾਨੂੰ ਤਾਂ ਉਹਨੇ ਦੱਸਿਆ ਵਾ ਅੱਛਾ ਉਹਨੇ ਕਿਹਾ ਵੀ ਤੁਹਾਡੇ ਡੈਡੀ ਦਾ ਉੱਥੇ ਯਾਨੀ ਕਿ ਕੁੱਟਮਾਰ ਹੋਈ ਆ ਅਤੇ ਉੱਥੇ ਯਾਨੀ ਕਿ ਜਾਓ ਤੁਸੀਂ ਹੋਸਪਿਟਲ ਦੇ ਵਿੱਚ ਸੱਟਾਂ ਵੱਜੀਆਂ ਜਾ ਰਹੀਆਂ ਅੱਛਾ ਅਤੇ ਅਸੀਂ ਫਿਰ ਹੋਸਪਿਟਲ ਚਾਹੇ ਹੋਸਪਿਟਲ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਮਰ ਯਾਨੀ ਕਿ ਕਤਲ ਹੋ ਗਿਆ ਮਾਰ ਕੇ
ਇਹਦੇ ਬਾਰੇ ਪੁਲਿਸ ਵਾਲੇ ਨਾਲ ਕੋਈ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਕੁਛ ਤੁਹਾਨੂੰ? ਪੁਲਿਸ ਵਾਲੇ ਨਾਲ ਗੱਲਬਾਤ ਹੋਈ ਹੈ, 100 ਨੰਬਰ 'ਤੇ ਕੰਪਲੇਂਟ ਵੀ ਕੀਤੀ ਹੈ ਜੀ। ਅੱਛਾ ਜੀ। ਉਹ ਕਹਿੰਦੇ ਵੀ ਇੱਥੇ ਜਿੱਥੇ ਹੋਇਆ ਸੀਗਾ ਜੀ, ਉਹਨਾਂ ਨੂੰ ਪੁਲਿਸ ਵਾਲੇ ਛੱਡ ਕੇ ਗਏ ਆ ਹੋਸਪਿਟਲ 'ਚ। ਠੀਕ ਜੀ, ਬਾਕੀ ਦੇਖਦੇ ਹੁਣ ਕੀ। ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਕਿਵੇਂ ਕੀ ਕਿਵੇਂ ਵਾਪਰ ਗਈ ਘਟਨਾ? ਨਹੀਂ, ਕੋਈ ਜਾਣਕਾਰੀ ਨਹੀਂ। ਠੀਕ ਹੈ ਵੀਰ। ਹਾਂਜੀ ਵੀਰ ਜੀ, ਕੀ ਨਾਂ ਤੁਹਾਡੇ? ਮੇਰਾ ਨਾਮ ਪ੍ਰਿੰਸ ਹੈ ਜੀ। ਵੀਰ ਜੀ, ਜੋ ਆਹ ਡਰਾਈਵਰ ਨਾਲ ਘਟਨਾ ਵਾਪਰੀ, ਉਹਦਾ ਕਤਲ ਕੀਤਾ ਗਿਆ, ਤੁਹਾਡੇ ਕੋਲ ਕੰਮ ਕਰਦੇ? ਹਾਂਜੀ ਹਾਂਜੀ ਸਾਡੇ। ਅਤੇ ਦੁਕਾਨ ਦਾ ਥੋੜ੍ਹੀ ਦਾ ਨਾਮ ਜੀ? ਹਿੰਦ ਆਇਰਨ ਸਰ। ਅੱਛਾ ਜੀ, ਮੋਗੇ ਤੋਂ ਵੀ? ਹਾਂਜੀ ਮੋਗੇ। ਇਹ ਕਿਵੇਂ ਵਾਪਰੀ ਜੀ ਘਟਨਾ, ਤੁਹਾਨੂੰ ਪਤਾ ਕੋਈ ਜਾਣਕਾਰੀ ਮਿਲੀ? ਰਾਤ ਨੂੰ ਆ ਰਹੇ ਸੀਗੇ ਉੱਥੋਂ ਮੰਡੀ ਤੋਂ। ਅੱਛਾ ਜੀ। ਔਰ ਸਾਡੇ GPS ਲੱਗਾ ਔਰ ਸਾਡਾ 9:30 ਉਹਨਾਂ ਨਾਲ ਰਾਤ ਬਾਜੜਾ ਸੀਗਾ, ਉਹ ਟੁੱਟ ਗਿਆ। ਅੱਛਾ। 9:30 ਉਹ ਛੋਟੇ ਕੋਲ ਸਾਰਾ ਸਿਸਟਮ ਹੈ, ਛੋਟੇ ਨੇ ਦੇਖਿਆ ਵੀ ਰਾਤ ਬਾਅਦ ਟੁੱਟ ਗਿਆ, ਉਹਨੇ ਫੋਨ ਲਾਇਆ, ਮੋਬਾਈਲ ਬੰਦ ਆਉਣ ਲੱਗ ਗਿਆ, ਅਤੇ ਛੋਟੇ ਨੇ ਫਿਰ ਗੱਡੀ ਚੱਕੀ ਅਤੇ ਉਹ ਦੇਖਣ ਆ ਗਿਆ ਨਾਲ ਸਾਡਾ ਲੋਕੇਸ਼ਨ 'ਤੇ, ਦੇਖਣ ਆ ਗਿਆ ਲੋਕੇਸ਼ਨ 'ਤੇ ਗੱਡੀ GPS 'ਤੇ ਕਿੱਥੇ ਬੋਲਦੀ ਪਈ ਹੈ। ਉੱਥੇ ਆਏ ਅਤੇ ਉੱਥੇ ਆ ਕੇ ਉਹਨੇ ਦੇਖਿਆ ਅਤੇ ਗੱਡੀ ਖੜ੍ਹੀ ਸੀਗੀ ਸਾਈਡ 'ਤੇ ਕੱਚੇ, ਅਤੇ ਬਾਈ ਵਿੱਚ ਜਿਹੜਾ ਸਾਡੇ ਡਰਾਈਵਰ ਸਾਹਿਬ ਸੀ ਉਹ ਨਿਡਾਲ ਪਏ ਸੀਗੇ, ਹੈ ਨਹੀਂ ਸੀ ਕੁਛ। ਫਿਰ ਉਹਨਾਂ ਨੇ ਫੋਨ ਲਾਇਆ, ਫਿਰ ਅਸੀਂ ਇੱਥੇ ਫੋਨ ਕਰਕੇ ਪੁਲਿਸ ਨੂੰ ਭੇਜਿਆ ਅਤੇ ਅਸੀਂ ਆਪ ਉੱਥੇ ਮੌਕੇ 'ਤੇ ਪਹੁੰਚੇ। ਅਤੇ ਪੁਲਿਸ ਵੱਲੋਂ ਤੁਹਾਨੂੰ ਕੀ ਦੱਸਿਆ ਗਿਆ ਜੀ, ਕੋਈ ਜਾਣਕਾਰੀ ਮਿਲੀ? ਨਹੀਂ, ਪੁਲਿਸ ਨੇ ਐਂ ਦੀ ਸਾਨੂੰ ਕੋਈ ਕਲੂ ਜੇ ਮਿਲੇ, ਪੁਲਿਸ ਨੇ ਕਲੂ ਲਏ ਉੱਥੋਂ ਦੋ ਦਿਨ, ਇੱਕ ਮਿਰਚਾਂ ਦਾ ਪੈਕਟ ਮਿਲਿਆ ਵਿੱਚ। ਅੱਛਾ ਜੀ। ਮਿਰਚਾਂ ਪਹਿਲਾਂ ਪਾਈਆਂ ਅੱਖਾਂ 'ਚ ਉਹਨਾਂ ਨੇ। ਠੀਕ ਹੈ ਜੀ। ਅਤੇ ਇੱਕ ਉਹਨਾਂ ਨੇ ਉੱਥੋਂ ਪਿੱਛੋਂ ਵੀ ਪਤਾ ਲੱਗਾ ਕਿਹੜੇ ਬੰਦੇ ਨਾਲ ਖੜ੍ਹੇ ਸੀਗੇ ਪਿੱਛੇ ਡਰਾਈਵਰ। ਠੀਕ। ਉਹ ਬੰਦੇ ਦੇ ਨੰਬਰ ਲੈ ਕੇ ਉਦੋਂ ਟ੍ਰੇਸ 'ਤੇ ਲਾਇਆ ਗਿਆ ਔਰ ਪੁਲਿਸ ਇਹਨੂੰ ਕਾਰਵਾਈ ਕਰ ਰਹੀ ਆ, ਪੂਰੀ ਸ਼ਰਾਬ ਦੀ ਪੂਰੀ ਤੇਜ਼ੀ ਨਾਲ ਕਾਰਵਾਈ ਕਰ ਰਹੀ ਆ, ਕੋਈ ਢਿੱਲ ਨਹੀਂ ਆਇਆ। ਤੇ ਕੋਈ ਸ਼ੱਕ ਆਪਾਂ ਨੂੰ ਲੱਗਾ ਜੀ ਕਿਸੇ ਬੰਦੇ 'ਤੇ, ਜਾਂ ਕੋਈ ਨਾਲ ਹੋਵੇ ਡਰਾਈਵਰ? ਜਿਹੜਾ ਬੰਦਾ ਨਾਲ ਬਹਿ ਕੇ ਆਇਆ ਜੀ ਇਹਨਾਂ ਦੇ, ਅੱਛਾ ਸਾਡੇ ਡਰਾਈਵਰ ਦੇ, ਸਾਨੂੰ ਉੱਥੇ ਹੀ ਸ਼ੱਕ ਹੈ ਜੀ। ਠੀਕ। ਉਹਦਾ ਨਾਂ ਨੂੰ ਪਤਾ ਜੀ ਜਿਹੜਾ ਬੰਦਾ? ਪੱਲਾ 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 ਜੀ। ਅਤੇ ਗਿਆ ਡਰਾਈਵਰ ਇਕੱਲਾ ਹੀ ਸੀ ਜੀ ਤੁਹਾਡਾ ਮੋਗਾ? ਹਾਂ, ਡਰਾਈਵਰ ਇਕੱਲਾ ਹੀ ਸੀ। ਵਾਪਸੀ ਵੀ ਇਕੱਲਾ ਹੀ ਆ ਰਿਹਾ? ਵਾਪਸੀ ਇਕੱਲਾ ਆ ਰਿਹਾ। ਅਤੇ ਉਹਦੇ ਵਿੱਚ ਇਹ ਜਿਹੜਾ ਡਰਾਈਵਰ ਸੀ ਕਿੰਨੀ ਕੁ ਦੇਰ ਤੋਂ ਕੰਮ ਕਰਦਾ ਜੀ ਤੁਹਾਡੇ ਕੋਲ? ਜੀ ਸਾਡੇ ਕੋਲ 1 ਸਾਲ ਤੋਂ। 1 ਸਾਲ? ਹਾਂ। ਅਤੇ ਕੈਸ਼ ਕਿੰਨਾ ਕੁ ਸੀ ਜੀ ਭਾਜੀ ਉਹਦੇ? ਤਕਰੀਬਨ 9 ਲੱਖ ਦੇ। 9 ਲੱਖ ਦੇ ਕਰੀਬ ਜੋ ਸਮਾਨ ਵੇਚ ਕੇ ਵਾਪਸ ਆ ਰਿਹਾ ਸੀ ਪੇਮੈਂਟ ਲੈ ਕੇ। ਠੀਕ ਹੈ ਜੀ।